ਸ਼ਰੀਰ ਇਹਨਾਂ ਦੀ ਅੱਖਾਂ ਦੀ ਚਮਕ ਚ ਨਜ਼ਰ ਕਰਨਾ। 40 ਸਾਲ ਦਾ ਤੇਰਾ ਮੇਰਾ ਰਸੂਲ ਹੋ ਗਿਆ ਤੇ ਅਬੂ ਤਾਲਿਬ ਨੂੰ ਲੋਕਾਂ ਨੇ ਆਖਿਆ ਕਿ ਆਪਣੇ ਭਤੀਜੇ ਨੂੰ ਸਮਝਾਓ ਸਾਡੇ ਦੀਨ ਨੂੰ, ਇਹ ਕੋਈ ਨਵਾਂ ਦੀਨ ਲੈ ਨਹੀਂ ਤੇ ਸਾਨੂੰ ਕਹਿੰਦੇ ਉਹ ਦੀਨ ਮੰਨੋ, ਆਪਣਾ ਪੁਰਾਣਾ ਦੀਨ ਛੱਡ ਦਿਓ, ਅਗਰ ਇਹਨਾਂ ਦੁਬਾਰਾ ਦਾਵਤ ਇਸਲਾਮ ਦਿੱਤੀ ਤੇ ਅਸੀਂ ਬੁਰੇ ਪੇਸ਼ ਆਵਾਂਗੇ। ਸਰਕਾਰ ਅਬੂ ਤਾਲਿਬ ਅਲੈਹ ਸਲਾਮ ਨੇ ਕਿਹਾ ਐ ਮੁਹੰਮਦ ਸੱਲਾ ਸੱਲਮ, ਮੇਰੇ ਕੋਲ ਉਨਾ ਬਾਹਰ ਜਵਾਹ ਜਿੰਨਾ ਮੈਂ ਚਾਹ ਲਵਾਂ, ਬੈਠੇ ਭਾਵੇਂ ਥੋੜੇ ਹੋ ਪਰ ਦਿਲ ਦੇ ਥੋੜੇ ਨਾ ਬਣੋ, ਮੈਂ ਤੁਹਾਨੂੰ ਇਬਾਦਤ ਕਰਵਾ ਰਿਹਾ, ਮੇਰਾ ਕਤਲ ਮਕਸਦ ਨਹੀਂ, ਬਸ ਐਵੇਂ ਦਿਲ ਲੱਗ ਗਿਆ। ਇਸ ਤੋਂ ਬਾਅਦ ਮੇਰੇ ਦਾਮਨ ਟੋਟਲ 5-6 ਹੋ ਸਕਦੇ, ਜ਼ਿਆਦਾ ਨਹੀਂ ਹੋ ਸਕਦੇ। ਔਰ ਜਦੋਂ ਕਹਿੰਦਾ ਚਾਚਾ ਮੇਰੇ ਹੱਥ 'ਤੇ ਇੱਕ ਹੱਥ ਇੱਕ ਤਲੀ 'ਤੇ ਚੰਨ ਰੱਖ ਦੇਣ, ਦੂਜੀ ਤਲੀ 'ਤੇ ਸੂਰਜ ਰੱਖ ਦੇਣ, ਮੈਂ ਮੁਹੰਮਦ ਫਿਰ ਵੀ ਕਹਾਂਗਾ ਅੱਲਾ ਇੱਕ ਹੈ। ਉਹਨਾਂ ਕਹਾ ਚਲੋ ਠੀਕ ਹੈ, ਬੇਫਿਕਰ ਹੋ ਕੇ ਤੁਸੀਂ ਤਬਲੀਗ ਕਰੋ। ਮੇਰੇ ਹੋਂਦਿਆਂ ਸੋਂਦਿਆਂ ਤੂੰ ਰੋਵੇਂ, ਫਿਰ ਮੇਰੇ ਹੋਣ ਦਾ ਕੀ ਫਾਇਦਾ। ਕੋਈ ਅਬੂ ਤਾਲਿਬ ਦਾ ਤਾਲਿਬ ਬੈਠਾ ਤੇ ਸਵਾਲ ਨਾ ਬੋਲੋ। ਮੇਰੇ ਹੋਂਦਿਆਂ ਸੋਂਦਿਆਂ ਤੂੰ ਰੋਵੇਂ, ਫਿਰ ਮੇਰੇ ਹੋਣ ਦਾ ਕੀ ਫਾਇਦਾ। ਤੇਰੇ ਰੋਣ ਤੇ ਜੇ ਨਾ ਮੈਂ ਰੋਵਾਂ, ਫਿਰ ਤੇਰੇ ਰੋਣ ਦਾ ਕੀ ਫਾਇਦਾ। ਮੁਹੱਬਤ ਵਾਲੇ ਵੀ ਨਹੀਂ ਸੁਣਦੇ, ਮੈਂ ਤੁਹਾਨੂੰ ਪਹਿਲੇ ਵੋਟ ਲਿਆ ਸੀ ਕਿ ਅਬੂ ਤਾਲਿਬ ਦੇ ਕੌਣ ਤਾਲਿਬ ਬੈਠੇ ਨੇ, ਤੇ ਤਾਲਿਬਾਂ ਦੇ ਹੱਥ ਇੱਥੇ ਹੁੰਦੇ ਨੇ ਕਿ ਐਡੀ ਵੱਡੀ ਗੱਲ ਵੀ ਆਉਂਦੀ ਹੈ। ਮੇਰੇ ਹੁੰਦਿਆਂ ਸੌਂਦਿਆਂ ਤੂੰ ਰੋਵੇਂ, ਤੂੰ ਇਹ ਮਹਿਸੂਸ ਕਰ, ਅੰਦਰੋਂ ਮਹਿਸੂਸ ਕਰ, ਸਿਲ ਨਾ ਬਣ, ਸਿਲ ਨਾ ਬਣ, ਥੋੜੇ ਖਿਲ ਕੇ ਸੁਣ। ਮੇਰੇ ਹੁੰਦਿਆਂ ਸੌਂਦਿਆਂ ਤੂੰ ਰੋਵੇਂ, ਫਿਰ ਮੇਰੇ ਹੋਣ ਦਾ ਕੀ ਫਾਇਦਾ। ਖਲੋਣ ਦਾ ਕੀ ਫਾਇਦਾ। ਮੇਰੇ ਹੋਂਦਿਆਂ ਸੋਂਦਿਆਂ ਤੂੰ ਰੋਵੇਂ। ਆਪ ਕਹਿ ਰਹੇ ਨੇ ਔਰ ਭਾਈ ਦੀ ਪਸੰਦੀਦਾ ਇੱਕ ਤੀਸਰਾ ਮੇਰੇ ਸਾਹਮਣੇ ਖੜਾ ਹੈ, ਆਪ ਫਰਮਾਉਂਦੇ ਪਏ ਨੇ ਅਬੂ ਤਾਲਿਬ ਆਖਿਆ ਦੁਨੀਆ ਨੂੰ ਇਹ ਸਾ ਮੰਗੇ ਮੈਂ ਸਾ ਦੇ ਸਾ, ਹੱਥ ਕੋਈ ਲਾਵੇ ਕਾਵੜ ਤੂੰ ਜਿੱਤੇ ਰਹੋ ਉਹਦਾ ਸਿਰ ਮੈਂ ਧੜ ਤੂੰ ਲਾ ਦੇ ਸਾਂ, ਜਿੱਥੇ ਯਾਰ ਨਾ ਜਾਵੇ ਐ ਹਾਕਿਮ ਉੱਥੇ ਸੰਗਤ ਵਧਾਉਣ ਦਾ ਕੀ ਫਾਇਦਾ। ਮੇਰੇ ਹੋਂਦਿਆਂ ਸੋਂਦਿਆਂ ਤੂੰ ਰੋਵੇਂ, ਫਿਰ ਮੇਰੇ ਹੋਣ ਦਾ ਕੀ ਫਾਇਦਾ।